ਸਤਨਾਮ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੁਆਰਾ ਚਲਾਈ ਗਈ ਲਹਿਰ ਤਾਂ ਮਨੁੱਖ ਨੂੰ ਉਸਦੇ ਜੀਵਨ ਦੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਭ ਖੇਤਰਾਂ ਵਿੱਚ ਅਗਵਾਈ ਦਿੰਦੀ ਆ ਰਹੀ ਸੀ ਤੇ ਇਹ ਅਗਵਾਈ ਜਾਰੀ ਵੀ ਰਹਿਣੀ ਸੀ। ਇਸ ਲਈ ਜਿੱਥੇ ਲੋਕ ਸ਼ਕਤੀ ਦੀ ਲੋੜ ਸੀ ਉੱਥੇ ਬੇਅੰਤ ਮਾਇਆ ਦੀ ਲੋੜ ਸੀ। ਗੁਰੂ ਜੀ ਨੇ ਸਿੱਖੀ ਦਾ ਕੇਂਦਰੀ ਸ਼ਹਿਰ ਗੁਰੂ ਕਾ ਚੱਕ ਅੰਮ੍ਰਿਤਸਰ ਬਣਾਉਣਾ ਆਰੰਭ ਕੀਤਾ ਹੋਇਆ ਸੀ। ਉਸ ਲਈ ਵੀ ਲੱਖਾਂ ਰੁਪਇਆਂ ਦੀ ਲੋੜ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਹਰੇਕ ਸਿੱਖ ਪਰਿਵਾਰ ਆਪਣੀ ਕਮਾਈ ਦਾ 10ਵਾਂ ਹਿੱਸਾ ਸਾਂਝੇ ਕੌਮੀ ਕਾਰਜਾਂ ਲਈ ਗੁਰੂ ਗੋਲਕ ਜਾਂ ਕੌਮੀ ਖਜ਼ਾਨੇ ਵਿੱਚ ਭੇਜਿਆ ਕਰੇ। ਇਸ ਨੂੰ 10ਵੰਧ ਦਾ ਨਾਮ ਦਿੱਤਾ ਗਿਆ। ਇਹ ਮਾਇਆ ਮਸੰਦਾ ਰਾਹੀਂ ਵੀ ਭੇਜੀ ਜਾ ਸਕਦੀ ਸੀ, ਜਿਹੜੇ ਕਿ ਇਸੇ ਕੰਮ ਲਈ ਗੁਰੂ ਰਾਮਦਾਸ ਜੀ ਨੇ ਨਿਯੁਕਤ ਕੀਤੇ ਸਨ। ਕਈ ਮਸੰਦ ਲਾਲਚੀ ਬਿਰਤੀ ਵਾਲੇ ਹੋ ਗਏ ਸਨ ਤੇ ਕਈ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਿਲ ਹੋਣ ਕਰਕੇ ਆਪਣਾ ਭਰੋਸਾ ਗੁਆ ਚੁੱਕੇ ਸਨ। ਸੋ ਗੁਰੂ ਜੀ ਨੇ ਕਈ ਨਵੇਂ ਮਸੰਦ ਥਾਪੇ ਅਤੇ ਨਾਲ ਇਹ ਵੀ ਆਦੇਸ਼ ਦਿੱਤਾ ਕਿ ਹਰੇਕ ਮਸੰਦ ਇਕੱਤਰ ਕੀਤੇ 10ਵੰਧ ਦਾ ਲਿਖਤੀ ਹਿਸਾਬ ਵੀ ਰੱਖਿਆ ਕਰੇ। ਇਸ ਤਰ੍ਹਾਂ 10ਵੰਧ ਭੇਜਣ ਵਾਲੇ ਸਿੱਖ ਆਪਣੀ ਦਿੱਤੀ ਰਕਮ ਆਪਣੇ ਸਾਹਮਣੇ ਹੀ ਵਹੀ ਵਿੱਚ ਦਰਜ ਕਰਾ ਦਿੰਦੇ ਸਨ ਅਤੇ ਉਹ ਵਹੀ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਸੀ। ਉਗਰਾਹੀ ਗੁਰੂ ਦਰਬਾਰ ਵਿੱਚ ਲਿਆਉਣ ਦਾ ਇੱਕ ਹੋਰ ਨਿਯਮ ਵੀ ਬੰਨ ਦਿੱਤਾ ਗਿਆ। ਆਮ ਤੌਰ ਤੇ ਮਸੰਦ ਵਿਸਾਖੀ ਦੇ ਮੌਕੇ ਤੇ ਗੁਰੂ ਕੇ ਚੱਕ ਆਉਂਦੇ ਸਨ। ਉਦੋਂ ਨਾਲ ਇਲਾਕੇ ਦੇ ਸ਼ਰਧਾਲੂ ਸਿੱਖ ਵੀ ਆਉਂਦੇ ਸਨ। ਉਹਨਾਂ ਦੇ ਸਾਹਮਣੇ ਹੀ ਉਗਰਾਹੀ ਦੀ ਰਕਮ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾਂਦੀ ਸੀ। ਸਿੱਖ ਸੰਗਤਾਂ ਆਪ ਵੀ ਸਮੇਂ-ਸਮੇਂ 10ਵੰਧ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੰਦੀਆਂ ਸਨ। 10ਵੰਧ ਦੀ ਪ੍ਰਥਾ ਕਾਰਨ ਕੁਝ ਹੀ ਸਮੇਂ ਵਿੱਚ ਸਿੱਖ ਲਹਿਰ ਮੁੜ ਪੱਕੇ ਪੈਰਾਂ ਤੇ ਖੜੇ ਹੋ ਗਈ। ਇਸ ਦੇ ਨਾਲ ਨਾਲ ਗੁਰੂ ਜੀ ਨੇ ਸਿੱਖਾਂ ਨੂੰ ਵਪਾਰ ਕਰਨ ਦੀ ਪ੍ਰੇਰਣਾ ਵੀ ਦਿੱਤੀ। ਗੁਰੂ ਰਾਮਦਾਸ ਜੀ ਨੇ 52 ਵੱਖ ਵੱਖ ਕਿੱਤਿਆਂ ਦੇ ਲੋਕਾਂ ਨੂੰ ਗੁਰੂ ਕੇ ਚੱਕ ਵਿੱਚ ਵਸਾਇਆ ਸੀ ਤਾਂ ਜੋ ਸ਼ਹਿਰ ਨੂੰ ਉਦਯੋਗਿਕ ਨਗਰੀ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕੇ ਅਤੇ ਸਿੱਖ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਣ। 5ਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਵਪਾਰ ਕਰਨ ਦੀ ਪ੍ਰੇਰਣਾ ਦਿੱਤੀ। ਸਿੱਖ ਦੂਰ ਦੂਰ ਦੇ ਪ੍ਰਾਂਤਾਂ ਤੱਕ ਵਣਜ ਵਪਾਰ ਲਈ ਜਾਣ ਲੱਗੇ। ਗੁਰੂ ਜੀ ਦੀ ਪ੍ਰੇਰਣਾ ਤੇ ਸਿੱਖ ਘੋੜਿਆਂ ਦੇ ਵਪਾਰ ਲਈ ਕਾਬਲ ਅਤੇ ਕਾਬਲ ਤੋਂ ਵੀ ਪਰੇ ਬਲਖ ਬੁਖਾਰੇ ਤੱਕ ਜਾਣ ਲੱਗੇ। ਉਹਨਾਂ ਇਲਾਕਿਆਂ ਵਿੱਚ ਕਈ ਸਿੱਖਾਂ ਨੇ ਆਪਣੀ ਪੱਕੀ ਰਹਾਇਸ਼ ਵੀ ਬਣਾ ਲਈ। ਉਹਨਾਂ ਸਿੱਖਾਂ ਕਰਕੇ ਉੱਥੇ ਸਿੱਖ ਧਰਮ ਵੀ ਫੈਲਦਾ ਗਿਆ। ਘੋੜਿਆਂ ਦੇ ਵਪਾਰ ਨੇ ਜਿੱਥੇ ਸਿੱਖਾਂ ਦੀ ਆਰਥਿਕਤਾ ਨੂੰ ਸੁਧਾਰਿਆ ਉੱਥੇ ਉਹ ਚੰਗੇ ਘੋੜ ਸਵਾਰ ਵੀ ਬਣ ਗਏ। ਅਸੀਂ ਸਮਝਿਆ ਕਿ ਸਿੱਖ ਕੌਮ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਜਿੱਥੇ 10ਵੰਧ ਸ਼ੁਰੂ ਕੀਤਾ ਉੱਥੇ ਹੀ ਸਿੱਖਾਂ ਵਿੱਚ ਵਪਾਰ ਨੂੰ ਵੀ ਉਤਸ਼ਾਹਿਤ ਕੀਤਾ। ਇਹੀ ਕਾਰਨ ਹੈ ਕਿ ਅੱਜ ਸਿੱਖ ਦੁਨੀਆਂ ਦੇ ਹਰ ਦੇਸ਼ ਵਿੱਚ ਅਤੇ ਹਰ ਖੇਤਰ ਵਿੱਚ ਸਫਲ ਸਾਬਤ ਹੋਏ ਹਨ। ਪਰ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ 10ਵੰਧ ਕੇਵਲ ਉੱਥੇ ਦੇਵੇ ਜਿੱਥੇ ਉਸਦਾ ਪੈਸਾ ਕੌਮੀ ਕਾਰਜਾਂ ਵਾਸਤੇ ਖਰਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।